ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਸੀਂ ਪਹੁੰਚੇ ਅੱਜ, ਔਰ ਇਸ ਪਿੰਡਾਂ ਦੇ ਵਿੱਚ ਇੱਕ ਸਾਲ ਹੋ ਗਿਆ ਕਰੀਬ, ਅਤੇ ਕਹਾਣੀ ਉਹੀ ਹੈ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਵੀ ਅਸੀਂ ਰਿਪੀਟ ਕਰਦੇ ਸੀ। ਅਸੀਂ ਤਾਂ ਝਾਕ ਕਰਦੇ ਸੀ ਕਿ ਸਾਨੂੰ ਪਿਛਲੇ ਸਾਲ ਵਾਲਾ ਕੁਛ ਖਰਾਬਾ ਮਿਲੇਗਾ। ਸਰਕਾਰ ਨੇ ਬਹੁਤ ਵੱਡੀਆਂ ਸਾਡੇ ਨਾਲ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਸੀ, ਪਿਛਲੇ ਸਾਲ ਵੀ ਤੁਸੀਂ ਜਿਹੜਾ ਆ ਸਾਡੀ ਵੀਡੀਓ ਵੀ ਬਣਾਈ ਸੀ, ਅਸੀਂ ਤੁਹਾਨੂੰ ਦੱਸਿਆ ਵੀ ਸੀ ਕਿ ਭਗਵੰਤ ਮਾਨ ਸਾਹਿਬ ਆਏ, ਆਉਣ ਕੇ ਉਹਨਾਂ ਨੇ ਪਾਣੀ ਦਾ ਜਾਇਜ਼ਾ ਲਿਆ। ਮੈਂ ਤੁਹਾਨੂੰ ਦੱਸਿਆ ਵੀ ਸੀ ਉਹ ਤਾਂ ਪਜਾਮਾ ਲਪੇੜ ਕੇ ਘਰ ਨੂੰ ਚਲੇ ਗਏ ਸੀ, ਔਰ ਉਹਨਾਂ ਨੇ ਜਿਹੜਾ ਖਰਾਬਾ ਦਿੱਤਾ ਆ ਉਹ ਮੈਨੂੰ ਲੱਗਦਾ ਆ ਵੀ ਕਿਤੇ ਨਾ ਕਿਤੇ ਸਾਨੂੰ ਉਹ ਖਰਾਬਾ ਮਿਲਿਆ ਨਹੀਂ। ਤੁਹਾਨੂੰ ਵੀ ਪਤਾ ਹੀ ਆ ਇਹ ਬਹੁਤ ਵੱਡੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਜੇ ਕਿਤੇ ਸਾਡੀ ਸਰਕਾਰ ਆ ਗਈ, ਝਾੜੂ ਦੀ ਸਰਕਾਰ ਆਏਗੀ, ਤਾਂ ਅਸੀਂ 50,000 ਰੁਪਈਆ ਖਰਾਬਾ ਜਿਹੜਾ ਆ ਕਿਸਾਨਾਂ ਨੂੰ ਦੇਵਾਂਗੇ, ਔਰ ਗਰਦੌਰੀ ਬਾਅਦ 'ਚ ਹੋਇਆ ਕਰੇਗੀ। ਸਾਡੇ ਇਲਾਕੇ ਦੇ ਵਿੱਚ ਗਰੀਬ ਜਨਤਾ ਵੀ ਬਹੁਤ ਆ, ਜਿਨ੍ਹਾਂ ਦੇ ਕੋਠੇ ਰੁੜ ਗਏ, ਕੋਠੇ ਡਿੱਗ ਪਏ, ਮਾਲ ਰੁੜ ਗਿਆ, ਇੱਥੇ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਜਿੰਨੀ ਆਸ ਸੀ ਸਾਨੂੰ ਉਹ ਸਰਕਾਰ ਪੂਰਾ ਲੱਥੀ ਨਹੀਂ, ਉਹ 1 ਰੁਪਈਆ ਨਹੀਂ ਕਿਸੇ ਨੂੰ ਮਿਲਿਆ। ਮੈਂ ਲਾਈ 3 ਕਿੱਲਿਆਂ 'ਚ ਪੱਧਰ ਕੀਤੀ ਪਹਿਲੀ, ਅਤੇ ਉਹ 1 ਰੁਪਈਆ ਨਹੀਂ, ਪੱਲਿਓ ਹੀ 15-20 ਹਜ਼ਾਰ ਰੁਪਈਆ ਲਾ ਕੇ ਉਹਨੂੰ ਪੱਧਰ ਕੀਤਾ। ਇਹ ਝੂਠਾਂ ਦਾ ਬਹੁਤ ਮਾਰ ਬੰਦਾ ਹੈ, ਝੂਠ ਮਾਰ ਮਾਰ ਕੇ ਇਹਨੇ ਸਰਕਾਰ ਬਣਾਈ ਆ, ਪਰ ਮੈਨੂੰ ਲੱਗਦਾ ਹੈ ਵੀ ਗਾਂ ਇਹਦੇ ਝੂਠ ਚੱਲਣੇ ਨੇ, ਕਿਉਂਕਿ ਇਹ ਸਪਸ਼ਟ ਲੋਕ ਸਾਰੇ ਜਾਣਗੇ ਆ। ਜੀ ਪਿਛਲਾ ਸਰਕਾਰ ਅਸੀਂ ਸਾਰੀਆਂ ਕਾਂਗਰਸ ਵੀ ਚੰਗੀ ਸੀ, ਅਕਾਲੀ ਵੀ ਚੰਗੇ ਸੀ, ਇਹਨਾਂ ਸਾਡੇ ਤਾਂ ਬਿਲਕੁਲ ਆ ਕੇ ਬਾਹਰ ਹੀ ਨਹੀਂ ਪੁੱਛੀ ਵੀ ਪਾਣੀ ਆਇਆ, ਚੌਖੇ ਸੈਕੇ ਸੌਖੇ ਜੇ ਗਰੀਬ ਭੁੱਖੇ ਬੈਠੇ ਰਹੇ ਨੇ, ਪਾਣੀ ਲੰਘਣ ਵੇਖੋ ਤੁਹਾਡੇ ਕੋਲ ਸੜਕਾਂ ਕਹਿ ਜੀਆਂ। ਗੁਰਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਸੀਂ ਪਹੁੰਚੇ ਅੱਜ, ਇੱਥੇ ਗੱਲ ਕਰਦੇ ਹਾਂ। ਅਸੀਂ ਪਿਛਲੇ ਸਾਲ ਵੀ ਲਗਾਤਾਰ ਕਵਰੇਜ ਕੀਤੀ ਸੀ, ਹੁਣ ਵੀ ਤੁਹਾਨੂੰ ਅਸੀਂ ਵਿਖਾ ਦਿੰਦੇ ਹਾਂ। ਦਰਿਆ ਦੇ ਵਿੱਚ ਅਸੀਂ ਖੜ੍ਹੇ ਹੋਏ ਹਾਂ, ਇਸ ਜਿਹੜਾ ਕਹਿ ਸਕਦੇ ਹਾਂ ਇਸ ਜ਼ਮੀਨਾਂ ਦੇ ਵਿੱਚੋਂ ਤੁਸੀਂ ਇੱਕ ਰੀ ਵਿਊ ਵੇਖ ਲਓ ਮੇਰੇ ਮਗਰ ਵੀ ਇਸ ਇਲਾਕੇ ਦੇ ਜਿਹੜੇ ਮੋਹਤਬਾਰ ਵੀਰ ਸਰਪੰਚ ਖੜ੍ਹੇ ਹੈਗੇ ਆ, ਔਰ ਇਸ ਜਗ੍ਹਾ ਤੋਂ ਤੁਸੀਂ ਦੇਖ ਸਕਦੇ ਵੀ ਕੁਝ ਦਿਨ ਪਹਿਲਾਂ ਜਿਹੜਾ ਪਾਣੀ ਹੋ ਕੇ, ਜਿਹੜਾ ਸਤਲੁਜ ਦਰਿਆ ਦਾ ਪਾਣੀ ਹੈ, ਪਿਛਲੇ 1-2 ਦਿਨਾਂ ਦੇ ਵਿੱਚ ਹੋ ਕੇ ਮੁੜਿਆ ਹੈਗਾ। ਜ਼ਮੀਨਾਂ ਦੇ ਵਿੱਚ ਪਾਣੀ ਹਾਲੇ ਵੀ ਖੜਿਆ ਹੋਇਆ, ਔਰ ਕੁਝ ਥਾਵਾਂ 'ਤੇ ਇੱਥੇ ਤੁਸੀਂ ਦੇਖ ਸਕਦੇ ਰੇਤਾ ਵੀ ਭਰੀ ਹੋਈ ਹੈ, ਇੱਧਰ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਵੀ। ਇਸ ਬੇਸ਼ੱਕ ਦੀ ਦਰਿਆ ਇੱਥੋਂ ਕਰੀਬ 1 ਕਿਲੋਮੀਟਰ ਕੋਈ 600 ਮੀਟਰ ਜਿਹੜਾ ਬੇਸ਼ੱਕ ਦੀ ਪਿੱਛੇ ਹੈਗਾ, ਅਤੇ ਦਰਿਆ ਜਿਹੜਾ ਦਰਿਆ ਦਾ ਪਾਣੀ ਸਤਲੁਜ ਦਾ ਇੱਥੋਂ ਹੋ ਕੇ ਮੁੜਿਆ ਕੁਝ ਦਿਨ ਪਹਿਲਾਂ ਹੈਗਾ। ਲੇਕਿਨ ਜੇਕਰ ਆਪਾਂ ਗੱਲ ਕਰਦੇ ਹਾਂ ਇਸ ਇਲਾਕੇ ਦੀ, ਇਸ ਪਿੰਡ ਆਲੇ ਵਾਲੇ ਦੀ ਜਾਂ ਹੋਰ ਨੇੜਲੇ ਪਿੰਡਾਂ ਦੀ, ਔਰ ਇਸ ਪਿੰਡਾਂ ਦੇ ਵਿੱਚ ਇੱਕ ਸਾਲ ਹੋ ਗਿਆ ਕਰੀਬ, ਅਤੇ ਕਹਾਣੀ ਉਹੀ ਹੈ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਵੀ ਅਸੀਂ ਰਿਪੀਟ ਕਰਦੇ ਸੀ। ਜੋ ਸਰਕਾਰਾਂ ਨੂੰ ਗੁਹਾਰ ਲਾਉਂਦੇ ਸੀ, ਜੋ ਲੋਕਾਂ ਦੇ ਦੁੱਖ ਦਰਦ ਸੀਗੇ, ਉਹ ਬਿਲਕੁਲ ਉਸੇ ਤਰ੍ਹਾਂ ਹੀ ਹਨ। ਲੋਕਾਂ ਦੇ ਜ਼ਖਮ ਉਸੇ ਤਰ੍ਹਾਂ, ਪੀੜਾਂ ਵੀ ਉਹੀ ਨੇ, ਔਰ ਮੁਆਵਜ਼ੇ ਨੂੰ ਲੈ ਕੇ ਜਾਂ ਜੋ ਵੀ ਗੱਲਬਾਤ ਹੈਗੀ ਹੈ, ਰੇਤਾ ਭਰੀ ਹੈ ਜ਼ਮੀਨਾਂ ਦੇ ਵਿੱਚ ਜਾਂ ਸੜਕਾਂ ਟੁੱਟੀਆਂ ਹਨ, ਉਸ ਤੋਂ ਬਾਅਦ ਸਰਕਾਰ ਨੇ ਕੀ ਕੋਈ ਖਬਰਸਾਰ ਲਈ ਹੈਗੀ ਹੈ? ਮੇਰੇ ਨਾਲ ਭਾਈ ਦਲਬਾਗ ਸਿੰਘ ਜੀ ਹੈਗੇ ਆ, ਔਰ ਬਾਕੀ ਵੀ ਜਿਹੜੇ ਵੀਰ ਖੜ੍ਹੇ ਆ ਇੱਥੋਂ ਪਿੰਡ ਆਲੇ ਵਾਲੇ, ਤੋਂ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪਣਾ ਨਾਂ ਦੱਸ ਦਿਓ, ਔਰ ਆਪਾਂ ਜਿਹੜੀ ਗੱਲਬਾਤ ਅੱਜ ਕਰਨੀ, ਖੁੱਲ੍ਹ ਕੇ ਉਹਦੇ 'ਤੇ ਵਿਚਾਰ ਚਰਚਾ ਕਰ ਲਈਏ। ਠੀਕ ਹੈ ਜੀ, ਮੇਰਾ ਨਾਂ ਦਲਬਾਗ ਸਿੰਘ, ਪਿੰਡ ਆਲੇ ਵਾਲਾ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਦਾ ਮੈਂ ਰਹਿਣ ਵਾਲਾ ਹਾਂ। ਇਹ ਮੇਰੇ ਨਾਲ ਜਿਹੜੇ ਮੇਰੇ ਸੱਜਣ, ਮੇਰੇ ਭਰਾ ਖਲੋਤੇ ਹੋਏ ਨੇ, ਇਹ ਆਲੇ ਵਾਲੇ ਦੇ ਹੀ ਨੇ ਸਾਰੇ, ਅਤੇ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਤੁਸੀਂ ਸਾਡੇ ਡੁੱਬੇ ਹੋਏ ਲੋਕਾਂ ਦੀ ਸਾਰ ਲੈਂਦੇ ਹੋ, ਔਰ ਸਾਡੀਆਂ ਜਿਹੜੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ, ਅਸੀਂ ਤੁਹਾਡਾ ਪੱਤਰਕਾਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਅਤੇ ਜਿੱਥੋਂ ਤੱਕ ਗੱਲ ਹੈਗੀ ਆ ਤੁਸੀਂ ਸਰਕਾਰ ਦੀ ਕੀਤੀ ਹੈ, ਪਿਛਲੇ ਸਾਲ ਦੀ ਕੀਤੀ ਹੈ, ਪਿਛਲੇ ਸਾਲ ਤੁਹਾਨੂੰ ਪਤਾ ਹੈ ਕਿ ਪਾਣੀ ਬਹੁਤ ਜ਼ਿਆਦਾ ਆਇਆ ਸੀ, ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਇਸ ਨੁਕਸਾਨ ਨੇ ਸਾਡਾ ਲੱਕ ਤੋੜ ਕੇ ਰੱਖ ਦਿੱਤਾ, ਜਿਹਦੀ ਅਜੇ ਤੱਕ ਸਾਨੂੰ ਜਿਹੜੀ ਸੁਰਤ ਨਹੀਂ ਆਈ। ਅਤੇ ਇਸ ਸਾਲ ਫਿਰ ਜਿਹੜਾ ਆ ਥੋੜ੍ਹਾ ਥੋੜ੍ਹਾ ਪਾਣੀ ਕਰਕੇ ਜਿਹੜਾ ਛੱਡਿਆ ਉਹ ਸਾਡੇ ਨੀਵੇਂ ਇਲਾਕਿਆਂ ਦੇ ਵਿੱਚ ਆ, ਤੁਸੀਂ ਵਿਖਾਇਆ ਹੀ ਆ, ਇਹ ਫਿਰ ਸਾਡਾ ਜਿਹੜਾ ਨੁਕਸਾਨ ਬਹੁਤ ਹੋ ਗਿਆ। ਅਸੀਂ ਤਾਂ ਝਾਕ ਕਰਦੇ ਸੀ ਕਿ ਸਾਨੂੰ ਪਿਛਲੇ ਸਾਲ ਵਾਲਾ ਕੁਛ ਖਰਾਬਾ ਮਿਲੇਗਾ। ਸਰਕਾਰ ਨੇ ਬਹੁਤ ਵੱਡੀਆਂ ਸਾਡੇ ਨਾਲ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਸੀ, ਪਿਛਲੇ ਸਾਲ ਵੀ ਤੁਸੀਂ ਜਿਹੜਾ ਆ ਸਾਡੀ ਵੀਡੀਓ ਵੀ ਬਣਾਈ ਸੀ, ਅਸੀਂ ਤੁਹਾਨੂੰ ਦੱਸਿਆ ਵੀ ਸੀ ਕਿ ਭਗਵੰਤ ਮਾਨ ਸਾਹਿਬ ਆਏ, ਆਉਣ ਕੇ ਉਹਨਾਂ ਨੇ ਪਾਣੀ ਦਾ ਜਾਇਜ਼ਾ ਲਿਆ। ਮੈਂ ਤੁਹਾਨੂੰ ਦੱਸਿਆ ਵੀ ਸੀ ਉਹ ਤਾਂ ਪਜਾਮਾ ਲਪੇੜ ਕੇ ਘਰ ਨੂੰ ਚਲੇ ਗਏ ਸੀ, ਹਾਲਾਂਕਿ ਉਹਨਾਂ ਨੂੰ ਇੱਥੇ ਆਉਣ ਦੀ ਬਹੁਤੀ ਲੋੜ ਨਹੀਂ ਸੀ, ਉਹ ਤਾਂ ਚੰਡੀਗੜ੍ਹ ਬੈਠੇ ਐਲਾਨ ਕਰ ਸਕਦੇ ਸੀ। ਪਿਛਲੇ ਸਾਲ ਵੀ ਗੱਲਾਂ ਹੋਈਆਂ, ਚਲੋ ਉਹਨਾਂ ਗੱਲਾਂ ਨੂੰ ਅਸੀਂ ਨਾ ਰਿਪੀਟ ਕਰੀਏ। ਸਾਨੂੰ ਉਹਨਾਂ 'ਤੇ ਬਹੁਤ ਵੱਡੀ ਆਸ ਸੀ ਕਿ ਸਾਨੂੰ ਖਰਾਬਾ ਦੇਣਗੇ, ਔਰ ਉਹਨਾਂ ਨੇ ਜਿਹੜਾ ਖਰਾਬਾ ਦਿੱਤਾ ਆ ਉਹ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਾਨੂੰ ਉਹ ਖਰਾਬਾ ਮਿਲਿਆ ਨਹੀਂ। ਤੁਹਾਨੂੰ ਵੀ ਪਤਾ ਹੀ ਆ ਇਹ ਬਹੁਤ ਵੱਡੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਜੇ ਕਿਤੇ ਸਾਡੀ ਸਰਕਾਰ ਆ ਗਈ, ਝਾੜੂ ਦੀ ਸਰਕਾਰ ਆਏਗੀ, ਤਾਂ ਅਸੀਂ 50,000 ਰੁਪਈਆ ਖਰਾਬਾ ਜਿਹੜਾ ਆ ਕਿਸਾਨਾਂ ਨੂੰ ਦੇਵਾਂਗੇ ਔਰ ਗਰਦੌਰੀ ਬਾਅਦ 'ਚ ਹੋਇਆ ਕਰੇਗੀ। ਪਰ ਉਹ ਲੱਗਿਆ ਨਹੀਂ, ਅਜੇ ਤੱਕ ਸਾਨੂੰ ਮਿਲਿਆ ਨਹੀਂ। ਦਿੱਲੀ ਮਾਡਲ ਦੀ ਬੜੀ, ਦਿੱਲੀ ਮਾਡਲ ਜਿਹੜਾ ਬਣਾਉਣਾ ਚਾਹੁੰਦੇ ਸੀ ਪੰਜਾਬ ਨੂੰ, ਉਹ ਦਿੱਲੀ ਮਾਡਲ ਨਹੀਂ ਬਣਿਆ। ਉਹ ਸ਼ਾਇਦ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਸੂਬੇ ਦਾ ਨਾਂ ਨਾ ਲਵਾਂ, ਸਾਡੇ ਪੰਜਾਬ ਨੂੰ ਜਿਹੜੀ ਅਸੀਂ ਸੋਨੇ ਦੀ ਚਿੜੀ ਆਖਦੇ ਹੁੰਦੇ ਸਾਂ, ਸ਼ਾਇਦ ਮੈਨੂੰ ਲੱਗਦਾ ਕਿ ਲੋਹੇ ਦੀ ਚਿੜੀ ਵੀ ਜਿਹੜੀ ਆ ਇਹਨਾਂ ਨੇ ਨਹੀਂ ਰਹਿਣ ਦੇਣੀ, ਕਿਉਂਕਿ ਇਹੋ ਜਿਹੀ ਸਰਕਾਰ ਜਿਹੜੀ ਪਿਛਲੀਆਂ ਸਰਕਾਰਾਂ ਆਈਆਂ ਜੇ ਅਸੀਂ ਗਿਣੀਏ ਤਾਂ ਸਭ ਤੋਂ ਘੱਟ ਖਰਾਬਾ ਜਿਹੜਾ ਆ ਨਾ ਇਸ ਇਲਾਕੇ ਨੂੰ, ਦਰਿਆ ਏਰੀਏ ਨੂੰ ਇਸ ਸਰਕਾਰ ਨੇ ਦਿੱਤਾ। ਇਸ ਤੋਂ ਸਾਰੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਇਸ ਤੋਂ ਖਰਾਬਾ ਵੱਧ ਸਾਨੂੰ ਦਿੰਦੀਆਂ ਸੀ। ਸਾਨੂੰ ਆਸ ਬਹੁਤ ਜ਼ਿਆਦਾ ਸੀ, ਜਿਵੇਂ ਇਹ ਗੱਲਾਂ ਕਰਿਆ ਕਰਦੇ ਸੀ ਸਟੇਜਾਂ 'ਤੇ, ਬਹੁਤ ਬਹੁਤ ਵੱਡੇ ਐਲਾਨ ਕਰਦੇ ਸੀ ਕਿ ਤੁਹਾਨੂੰ ਮੁਰਗੀ ਦਾ ਵੀ ਦਿਆਂਗੇ, ਤੁਹਾਨੂੰ ਬੱਕਰੀ ਦਾ ਵੀ ਜਿਹੜਾ ਖਰਾਬਾ ਦਿਆਂਗੇ, ਜੇ ਕਿਸੇ ਦਾ ਮਾਲ ਪਸ਼ੂ ਡੰਗਰ ਰੁੜਿਆ ਹੋਊਗਾ ਉਹਦਾ ਵੀ ਖਰਾਬਾ ਤੁਹਾਨੂੰ ਦਿਆਂਗੇ। ਪਰ ਹਾਲੇ ਤੱਕ ਸਾਨੂੰ ਉਹ ਮਿਲਿਆ ਨਹੀਂ, ਇੱਕਾ ਦੁੱਕਾ ਨੂੰ ਛੱਡ ਕੇ ਬਹੁਤ ਘੱਟ ਖਰਾਬਾ ਮਿਲਿਆ ਹੈ। ਜੇ ਸਾਡੇ ਕੋਠੇ ਸੀ, ਗਰੀਬ ਲੋਕਾਂ ਦੇ ਸਾਡੇ ਕੋਠੇ ਸੀ, ਕਿਉਂਕਿ ਅਸੀਂ ਬਹੁਤੇ ਵੱਡੇ, ਤੁਹਾਨੂੰ ਦੱਸਿਆ ਹੈ ਕਿ ਇਸ ਇਲਾਕੇ ਦੇ ਵਿੱਚ ਬਹੁਤੇ ਵੱਡੇ ਲਾਟੀ ਨਹੀਂ ਰਹਿੰਦੇ, ਛੋਟੀਆਂ ਛੋਟੀਆਂ ਅਲਾਟਮੈਂਟਾਂ ਸਾਨੂੰ ਹੋਈਆਂ ਸੀ, ਉਹਨਾਂ ਅਲਾਟਮੈਂਟਾਂ ਦੇ ਆਧਾਰ 'ਤੇ ਅਸੀਂ ਆਪਦਾ ਦਰਗੁਜ਼ਰ ਕਰਦੇ ਸੀ। ਸਾਡੇ ਇਲਾਕੇ ਦੇ ਵਿੱਚ ਗਰੀਬ ਜਨਤਾ ਵੀ ਬਹੁਤ ਹੈ, ਜਿਨ੍ਹਾਂ ਦੇ ਕੋਠੇ ਰੁੜ ਗਏ, ਕੋਠੇ ਡਿੱਗ ਪਏ, ਮਾਲ ਰੁੜ ਗਿਆ, ਇੱਥੇ ਸਾਡੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਪਰ ਜਿੰਨੀ ਆਸ ਸੀ ਸਾਨੂੰ ਉਹ ਸਰਕਾਰ ਪੂਰਾ ਲੱਥੀ ਨਹੀਂ। ਆਹ ਜਿਹੜਾ 6,800 ਰੁਪਈਆ ਮਿਲਿਆ ਹੈ, ਇਹ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ 50,000 ਰੁਪਈਏ ਦੀਆਂ ਕਿ ਅਸੀਂ 50,000 ਰੁਪਈਆ ਦੇਵਾਂਗੇ ਜੇ ਸਾਡੀ ਸਰਕਾਰ ਆਉਂਦੀ ਆ, ਚਲੋ ਅਸੀਂ ਇਹਨਾਂ ਦੇ ਲਾਰਿਆਂ ਦੇ ਪਿੱਛੇ ਲੱਗ ਗਏ, ਇਹਨਾਂ ਨੂੰ ਵੋਟਾਂ ਪਾਈਆਂ, 50,000 ਕੀ ਮਿਲਣਾ ਸੀ ਜੋ ਸਰਕਾਰ ਸਾਨੂੰ ਪਹਿਲੀਆਂ ਸਰਕਾਰਾਂ ਜਿਹੜਾ ਖਰਾਬਾ ਦਿੰਦੀਆਂ ਸੀ ਉਹਨਾਂ ਵੀ ਨਹੀਂ ਮਿਲਿਆ। ਆਹ 6,800 ਰੁਪਈਆ ਸੈਂਟਰ ਨੇ ਸਾਨੂੰ ਜਿਹੜਾ ਹੈ ਪੰਜਾਬ ਵਾਲੇ ਡੁੱਬੇ ਹੋਏ ਲੋਕਾਂ ਨੂੰ ਦਿੱਤਾ ਸੀ, ਇਹਨੇ ਉਹ ਪਹਿਲੀ ਕਿਸ਼ਤ ਜਿਹੜੀ ਆ ਭਗਵੰਤ ਮਾਨ ਸਾਹਿਬ, ਚਲੋ ਸਾਹਿਬ ਘਵਾਉਣ ਦੇ ਕਾਬਲ ਤਾਂ ਨਹੀਂ ਪਰ ਫਿਰ ਵੀ ਮੁੱਖ ਮੰਤਰੀ ਕਰਕੇ ਹੀ ਸਾਹਿਬ ਸਾਡੇ ਮੂੰਹੋਂ ਸੁਭਾਵਿਕ ਨਿਕਲ ਜਾਂਦਾ ਹੈ, ਕਿਉਂਕਿ ਇਹ ਤਾਂ ਇਹਨੂੰ ਅਸੀਂ ਇੱਕ ਭੱਗੇ ਠੱਗ ਦਾ ਖਿਤਾਬ ਦੇ ਸਕਦੇ ਹਾਂ, ਭੱਗੇ ਝੂਠ ਦਾ ਖਿਤਾਬ ਦੇ ਸਕਦੇ ਹਾਂ, ਭਗਵੰਤ ਮਾਨ ਸਾਹਿਬ ਦਾ ਖਿਤਾਬ ਨਹੀਂ ਅਸੀਂ ਦੇ ਸਕਦੇ, ਕਿਉਂਕਿ ਸਾਡੇ ਨਾਲ ਇਹਨੇ ਬਹੁਤ ਵਾਅਦੇ ਕੀਤੇ ਸੀ, ਉਹ ਸਾਰੇ ਵਾਅਦਿਆਂ ਤੋਂ ਇਹ ਮੁੱਕਰਿਆ ਆ। ਅਤੇ ਸਾਨੂੰ ਇਹ ਜਿਹੜਾ 6,800 ਰੁਪਈਆ ਹੈ ਉਹ ਵੀ ਜਿਹੜਾ ਆ ਉਹ ਸਾਨੂੰ ਸੈਂਟਰ ਸਰਕਾਰ ਵੱਲੋਂ ਜਿਹੜਾ ਮੋਦੀ ਸਾਹਿਬ ਨੇ ਦਿੱਤਾ ਸੀ ਉਹ ਸਾਡੇ ਤੱਕ ਪਹੁੰਚਿਆ ਹੈ, ਜੇ ਪੰਜਾਬ ਸਰਕਾਰ ਨੇ ਸਾਨੂੰ ਇਸ ਇਲਾਕੇ ਨੂੰ ਖਰਾਬੇ ਵਾਲੇ ਇਲਾਕੇ ਨੂੰ ਇੱਕ ਦਵਾਨੀ ਨਹੀਂ ਦਿੱਤੀ।
ਭਾਈ ਸਾਹਿਬ ਜੀ, ਇੱਕ ਬੜੀ ਇਲਾਕੇ ਦੀ ਕਹਿ ਲਓ ਇੱਕ ਦਰਿਆਈ ਇਲਾਕਾ ਜਿਹੜਾ ਹੈਗਾ, ਬਾਰਡਰ ਇਲਾਕਾ, ਬਾਰਡਰ ਬੈਲਟ ਹੈਗੀ, ਉਹਦੀ ਵੱਡੇ ਪੱਧਰ 'ਤੇ ਇੱਕ ਮੰਗ ਜਿਹੜੀ ਉੱਠਦੀ ਆ ਰਹੀ ਹੈ ਲਗਾਤਾਰ, ਜਿਹੜਾ ਕੱਚੀਆਂ ਜ਼ਮੀਨਾਂ ਹੈਗੀਆਂ ਉਹ ਪੱਕੇ ਜਿਹੜੇ ਮਾਲਕਾਂ ਨਾਲ ਹੱਕ ਦਿੱਤੇ ਜਾਣ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਜੀ 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 ਜੀ, ਇਹ ਵੀ ਸਾਡੀ ਬਹੁਤ ਵੱਡੀ ਮੰਗ ਆ। ਇਹ ਵੇਖੋ ਜੀ, 2007 ਦੇ ਵਿੱਚ ਪੋਲਸੀ ਬਣੀ, 2007 ਦੀ ਪੋਲਸੀ ਦੇ ਮੁਤਾਬਕ ਜਿਹੜੀ ਅਕਾਲੀ ਸਰਕਾਰ ਦੇ ਟਾਈਮ 'ਤੇ ਬਣੀ ਸੀ, ਅਸੀਂ ਲੋਕਾਂ ਨੇ 2007 ਦੀ ਪੋਲਸੀ ਨੂੰ ਮੁੱਖ ਰੱਖ ਕੇ ਜਿਹੜੀਆਂ ਇਹ ਜ਼ਮੀਨਾਂ ਸੀ, ਛੋਟੀਆਂ ਛੋਟੀਆਂ ਅਲਾਟਮੈਂਟਾਂ ਜਿਹੜੀਆਂ ਹੋਈਆਂ ਸੀ, ਇਹਨਾਂ ਦੇ ਅਸੀਂ ਸਾਰੇ ਪੈਸੇ ਜਿਹੜੇ ਆ ਉਹ ਸਰਕਾਰ ਦੇ ਖਾਤੇ ਦੇ ਵਿੱਚ ਖਜ਼ਾਨੇ 'ਚ ਜਮ੍ਹਾਂ ਕਰਾਏ। ਸਾਡੀਆਂ ਇੰਤਕਾਲ ਹੋ ਗਈਆਂ, ਸਾਡੀਆਂ ਮਾਲਕੀਆਂ ਜ਼ਮੀਨਾਂ ਬਣ ਗਈਆਂ। ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਿਆ। ਇਹ 2007 ਦੀ ਪੋਲਿਸੀ ਸੀ ਜਿਹੜੀ, ਉਹ ਸਾਰੀ ਜਿਹੜੀ ਆ ਜ਼ਮੀਨ ਟੁੱਟ ਗਈ। ਹੁਣ ਇੱਕ ਹੋਰ ਬੜੀ ਵੱਡੀ ਗੱਲ ਆ ਕਿ ਇਹ ਜਿਹੜੀ 2007 ਦੀ ਪੋਲਿਸੀ ਟੁੱਟੀ, ਤਕਰੀਬਨ ਲਾ ਲਓ ਸਾਡੇ ਆਲੇ ਵਾਲੇ ਪਿੰਡ ਦੀ 1100 ਏਕੜ ਜ਼ਮੀਨ ਹੈ, ਉਹਦੇ ਵਿੱਚੋਂ 300-400 ਏਕੜ ਜਿਹੜੀ ਜ਼ਮੀਨ ਆ ਨਾ ਉਹ ਟੁੱਟੀ ਹੋਈ ਆ। ਹੁਣ ਉਹਦਾ ਖਰਾਬਾ ਤਾਂ ਸਾਰਾ ਸਰਕਾਰ ਵੱਲੋਂ, ਸੈਂਟਰ ਸਰਕਾਰ ਵੱਲੋਂ ਜਿਹੜਾ ਸਾਰੇ ਦਾ ਸਾਰਾ ਖਰਾਬਾ ਆਇਆ ਹੋਇਆ ਹੈ। ਇਹ 6800 ਰੁਪਇਆ ਸਾਨੂੰ ਜਿਹੜਾ ਹੈ ਉਹਨਾਂ ਜਿਹੜੀਆਂ ਟੁੱਟੀਆਂ ਹੋਈਆਂ ਜ਼ਮੀਨਾਂ ਦਾ ਨਹੀਂ ਮਿਲਿਆ। ਅਸੀਂ ਜਦੋਂ ਜਾਂਦੇ ਹਾਂ ਪਟਵਾਰੀ ਕੋਲ ਜਾਂਦੇ ਹਾਂ, ਅਸੀਂ ਤਹਿਸੀਲਦਾਰ ਸਾਹਿਬ ਕੋਲ ਜਾਂਦੇ ਹਾਂ, ਪ੍ਰਸ਼ਾਸਨ ਕੋਲ ਜਾਂਦੇ ਹਾਂ, ਉਹ ਸਾਨੂੰ ਇਹੀ ਕਹਿ ਦਿੰਦਾ ਹੈ ਕਿ ਲੈ ਵੀ ਉਹ ਤਾਂ ਜ਼ਮੀਨ ਤੁਹਾਡੀ ਟੁੱਟ ਗਈ, ਉਹਦਾ ਸਾਨੂੰ ਖਰਾਬਾ ਜਿਹੜਾ ਆ ਤੁਹਾਨੂੰ ਨਹੀਂ ਮਿਲਣਾ। ਔਰ ਜੇ ਸਾਨੂੰ ਨਹੀਂ ਮਿਲਣਾ, ਜੇ ਉਹ ਖਰਾਬਾ ਆਇਆ ਹੈ ਤਾਂ ਗਿਆ ਕਿੱਥੇ ਆ? ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਉਹ ਖਰਾਬਾ ਕੌਣ ਲੈ ਗਿਆ, ਕਿੱਧਰ ਗਿਆ ਹੈ ਵਾਪਸ ਖਜ਼ਾਨੇ ਦੇ ਵਿੱਚ। ਮੈਨੂੰ ਨਹੀਂ ਲੱਗਦਾ ਵੀ ਉਹ ਜਿਹੜਾ ਸਰਕਾਰ ਦੇ ਘਰੋਂ ਆਉਂਦਾ ਹੈ ਉਹ ਦੁਬਾਰਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਵੇ। ਸਾਨੂੰ ਕਿਤੇ ਨਾ ਕਿਤੇ ਭੰਬਲ ਭੁੱਸਾ ਲੱਗਦਾ ਹੈ ਵੀ ਇਹ ਜਿਹੜਾ ਖਰਾਬਾ ਆ ਇਹ ਰਾਹਾਂ ਦੇ ਵਿੱਚ ਹੀ ਖਾਧਾ ਜਾਂਦਾ ਹੈ। ਅਫਸਰਸ਼ਾਹੀ ਖਾਂਦੀ ਆ, ਕੌਣ ਖਾਂਦਾ ਸਾਨੂੰ ਇਹਨਾਂ ਬਾਰੇ ਨਹੀਂ ਪਤਾ। ਇਹ ਸਾਡੀ ਬਹੁਤ ਵੱਡੀ ਮੰਗ ਹੈ। ਭਾਈ ਸਾਹਿਬ ਜੀ, ਇੱਕ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕੱਚੀਆਂ ਜ਼ਮੀਨਾਂ ਜਾਂ ਮਾਲਕਾਂ ਨਾਲ ਹੱਕ ਦੇ ਵਿੱਚ, ਇਹਦੇ ਵਿੱਚ ਅੱਗੇ ਦਰਿਆਈ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਆਮ ਤੌਰ 'ਤੇ ਅਸੀਂ ਗੱਲ ਸੁਣਦੇ ਹਾਂ ਕਿ ਇੱਕ ਵੱਡਾ ਖਾਨ ਜਿਹੜਾ ਅਫਸਰਾਂ ਦਾ ਬਣ ਜਾਂਦਾ ਹੈਗਾ। ਇਸ ਵਾਰ ਵੀ ਸੁਣਿਆ ਗਿਆ ਜਿਹੜਾ ਤੁਸੀਂ ਗੱਲ ਕੀਤੀ ਵੀ ਬੜੇ ਇਹਦੇ ਜਿਹੜਾ ਹੈਗਾ ਸੀ ਕਿ ਜਿਹੜਾ ਪਟਵਾਰੀਆਂ ਨਾਲ ਬੜਾ ਗੁੰਝਲਦਾਰ ਪ੍ਰਕਿਰਿਆ ਜਾਂ ਸਰਕਾਰ ਵੱਲੋਂ ਪ੍ਰਕਿਰਿਆ ਹੈਗੀ ਸੀਗੀ, ਉਸ ਦੇ ਵਿੱਚ ਗੱਲ ਸੁਣਦੇ ਵਿੱਚ ਕਿ ਬੜਾ ਵੱਡੇ ਪੱਧਰ ਜਿਹੜਾ ਮੁਆਵਜ਼ਾ ਹਾਲੇ ਤੱਕ ਵੀ ਜਿਹੜਾ ਉਹ ਪੈਂਡਿੰਗ ਪਿਆ ਹੈਗਾ ਸਿਰਫ ਫਾਰਮੈਲਿਟੀ ਨੂੰ ਲੈ ਕੇ, ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਬਿਲਕੁਲ ਜੀ ਬਿਲਕੁਲ, ਇਹ ਸਭ ਸੱਚ ਆ ਕਿ ਅਜੇ ਤੱਕ ਬਹੁਤ ਲੋਕ ਨੇ ਜਿਨ੍ਹਾਂ ਨੂੰ ਖਰਾਬਾ ਨਹੀਂ ਮਿਲਿਆ। ਜੇ ਅਸੀਂ ਜਾਂਦੇ ਹਾਂ ਕੱਚੀਆਂ ਜ਼ਮੀਨਾਂ ਵਾਲਿਆਂ ਨੂੰ ਤਾਂ ਤਕਰੀਬਨ ਹੀ ਉੱਥੇ ਜਵਾਬ ਆ, ਜੇ ਅਸੀਂ ਜਿਹੜੇ ਵੀ ਅਧਿਕਾਰੀ ਕੋਲ ਜਾਂਦੇ ਹਾਂ, ਜਿਹੜੇ ਪ੍ਰਸ਼ਾਸਨ ਕੋਲ ਜਾਂਦੇ ਹਾਂ, ਉਹ ਸਾਨੂੰ ਇਹੀ ਗੱਲ ਕਰਦਾ ਵੀ ਕੱਚੀ ਜ਼ਮੀਨ ਦਾ ਤਾਂ ਨਾ ਹੀ ਨਾ ਲਓ, ਉਹਦਾ ਤੁਹਾਨੂੰ ਖਰਾਬਾ ਮਿਲਣਾ ਹੀ ਨਹੀਂ। ਹੁਣ ਸਾਡੇ ਕਈ ਘਰ ਇਹੋ ਜਿਹੇ ਨੇ ਜਿਨ੍ਹਾਂ ਦੇ 5-5 ਕਿੱਲੇ ਜਿਹੜੀ ਜ਼ਮੀਨ ਸੀ ਉਹਨਾਂ ਨੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਜਮ੍ਹਾਂ ਕਰਾ ਕੇ ਇੰਤਕਾਲ ਕਰਵਾ ਲਿਆ, ਗਰਦੌਰੀ ਉਹਨਾਂ ਦੇ ਨਾਂ ਸੀ, ਅੱਜ ਤਾਂ ਇਹ ਬੋਲੀ ਜਾਂਦੇ ਨੇ ਪ੍ਰਸ਼ਾਸਨ ਬੋਲਦਾ ਤੁਹਾਡੀ ਗਰਦੌਰੀ ਵੀ ਨਹੀਂ ਰਹੀ, ਉਹ ਉੱਤੋਂ ਤਾਂ ਖਰਾਬਾ ਆ। ਇਹੀ ਤਾਂ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਹਾਂ ਕਿ ਉਹ ਖਰਾਬਾ ਕਿੱਧਰ ਗਿਆ ਆ, ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਸਾਨੂੰ ਇਹ ਨਹੀਂ ਪਤਾ ਵੀ ਉਹ ਕੌਣ ਖਾਂਦਾ ਆ, ਕਿੱਧਰ ਜਾਂਦਾ ਆ। ਸਰਕਾਰ ਦੇ ਸੈਂਟਰ ਸਰਕਾਰ ਤੋਂ ਖਰਾਬਾ ਜ਼ਰੂਰ ਆਉਂਦਾ ਹੈ ਪਰ ਰਸਤੇ ਦੇ ਵਿੱਚ ਹੀ ਖਾਧਾ ਜਾਂਦਾ ਹੈ, ਕੌਣ ਖਾ ਜਾਂਦਾ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ। ਭਾਈ ਸਾਹਿਬ ਜੀ, ਜਿਵੇਂ ਆਪਾਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ, ਸਾਰਾ ਆਪਣਾ ਕਿਸਾਨ ਤਬਕਾ ਵੀ ਆਪਾਂ ਇੱਥੇ ਖੜ੍ਹੇ ਹੈਗੇ ਹਾਂ, ਕਿਸਾਨਾਂ ਨੂੰ ਜ਼ਮੀਨਾਂ ਦੇ ਨਾਲ ਜੋੜਿਆ ਜਾਂਦਾ, ਦੂਸਰੇ ਬੰਦੇ ਜਿਹੜੇ ਮਜ਼ਦੂਰ ਭਰਾ ਸਾਡੇ SCBC ਹੈਗੇ ਆ, ਉਹਨਾਂ ਦੇ ਮੁਆਵਜ਼ੇ ਨੂੰ ਲੈ ਕੇ ਜਾਂ ਕੋਈ ਮੰਗ ਉੱਠੀ ਹੈ ਜਾਂ ਕੋਈ ਦਿੱਤਾ ਗਿਆ ਕੁਛ? ਜੀ ਜੀ, ਇਹ ਬਿਲਕੁਲ ਸੱਚ ਹੈ ਜੀ। ਸਾਡੇ ਇਲਾਕੇ ਦੇ ਵਿੱਚ ਤਕਰੀਬਨ ਦਰਿਆਵਾਂ ਦੇ ਕੰਢਿਆਂ ਦੇ ਵਿੱਚ ਬਹੁਤ ਜਿਹੜਾ SCBC ਵਿੰਗ ਦੇ ਲੋਕ ਰਹਿੰਦੇ ਨੇ, ਜਿਹੜੇ ਆਪਾਂ ਉਹਨਾਂ ਨੂੰ ਦਿਹਾੜੀਦਾਰ ਕਹਿ ਸਕਦੇ ਹਾਂ, ਮਜ਼ਦੂਰ ਭਰਾ ਨੇ ਸਾਡੇ, ਉਹਨਾਂ ਨੂੰ ਤਾਂ ਸਰਕਾਰ ਤੋਂ ਇੱਕ ਹੀ ਝਾਕ ਹੁੰਦੀ ਆ ਕਿ ਜੇ ਸਾਡਾ ਕੋਠਾ ਅਸੀਂ ਪਾਇਆ ਹੋਇਆ, ਜੇ ਕੋਠਾ ਡਿੱਗ ਪੂਗਾ ਤਾਂ ਡਿੱਗੂ ਤਾਂ ਸਰਕਾਰ ਸਾਨੂੰ ਕੁਛ ਨਾ ਕੁਛ ਦੇਵੇਗੀ।
ਹਾਲੇ ਤੱਕ ਇੱਕਾ ਦੁੱਕਾ ਛੱਡ ਕੇ ਸਾਡੇ ਪਿੰਡ ਦੇ ਵਿੱਚ ਘੱਟ ਕੋਠੇ ਤਕਰੀਬਨ ਜਿੰਨੇ ਕੋਠੇ ਡਿੱਗੇ ਸੀ ਉਹਨਾਂ ਦੇ ਵਿੱਚੋਂ ਜੇ ਅਸੀਂ ਸਮਝੀਏ ਤਾਂ ਸਾਨੂੰ ਅੱਧੇ ਕੋਠੇ ਵੀ ਨਹੀਂ ਮਿਲੇ। ਗਰੀਬ ਸਾਡੇ ਲੋਕ ਨੇ ਜਿਹੜੇ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ, ਉਹਨਾਂ ਨੂੰ ਕੋਠੇ ਹਾਲੇ ਤੱਕ ਮਿਲੇ ਨਹੀਂ। ਇਕੱਲੇ ਇਹ ਨਹੀਂ, ਹਰ ਚੀਜ਼ ਜਿੰਨੇ ਵੀ ਹੈਗੇ ਆ ਨਾ, ਐਸਸੀ ਬੀਸੀ ਜਨਰਲ ਛੋਟੀ ਕੈਟਾਗਰੀ ਜਿਹੜੇ ਆ ਨਾ, ਛੋਟੇ ਲੋਕ ਨੇ ਉਹਨਾਂ ਦੇ ਕੋਠੇ ਬਹੁਤ ਜ਼ਿਆਦਾ ਪਾਟੇ ਆ, ਜਿਨ੍ਹਾਂ ਨੂੰ ਸਾਨੂੰ ਅਜੇ ਤੱਕ ਖਰਾਬਾ ਉਹ ਨਹੀਂ ਮਿਲਿਆ, ਬਹੁਤ ਘੱਟ ਮਿਲਿਆ। ਜਿੰਨਾ ਮਿਲਣਾ ਚਾਹੀਦਾ ਸੀ, ਜਿੱਡੇ ਵੱਡੇ ਐਲਾਨ ਸੀ, ਉਹਨਾਂ ਸਾਨੂੰ ਖਰਾਬਾ ਮਿਲਿਆ ਨੇ ਜੀ। ਠੀਕ ਹੈ ਜੀ ਭਾਈ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੜ੍ਹ ਆਪਾਂ ਇਸ ਜਿਸ ਜਗ੍ਹਾ 'ਤੇ ਖੜ੍ਹੇ ਹਾਂ, ਇਹਦੇ ਵਿੱਚ ਜਿਹੜੇ ਹੜ੍ਹ ਦੁਬਾਰਾ ਫਿਰ ਆ ਗਏ ਆਪਾਂ ਤਸਵੀਰਾਂ ਦੇ ਰਾਹੀਂ ਵੀ ਵੇਖ ਰਹੇ ਹੈਗੇ ਹਾਂ, ਲੇਕਿਨ ਦੂਸਰੇ ਬੰਨੇ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਰੇਤਾ ਭਰ ਗਈ ਮੋਟੇ ਰੂਪ 'ਚ, ਔਰ ਸਰਕਾਰ ਨੇ ਆਗਿਆ ਵੀ ਨਹੀਂ ਦਿੱਤੀ, ਬੇਸ਼ੱਕ ਦੀ ਵੱਡੀਆਂ ਵੱਡੀਆਂ ਕਿਸਾਨਾਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ ਵੀ ਜਿਹੜੀਆਂ ਜਿਹੜੀ ਪੰਜਾਬ ਸਰਕਾਰ ਦੇ ਨਾਲ ਜਾਂ ਅਫਸਰਾਂ ਦੇ ਨਾਲ ਜ਼ਿਲ੍ਹਾ ਪੱਧਰੀ ਵੀ ਮੀਟਿੰਗਾਂ ਹੋਈਆਂ, ਉਹਦੇ ਵਿੱਚ ਕੱਖ ਨਹੀਂ ਨਿਕਲਿਆ ਹੈਗਾ, ਔਰ ਰੇਤਾ ਚੁੱਕਣ ਦੀ ਕੋਈ ਆਗਿਆ ਜਾਂ ਰੇਤਾ ਹਾਲੇ ਤੱਕ ਵੀ ਦਰਿਆ ਇੱਥੇ ਭਰੀ ਹੈਗੀ ਜ਼ਮੀਨਾਂ ਦੇ? ਜੀ ਜੀ ਜੀ, ਇਹ ਵੀ ਵੇਖੋ ਤੁਸੀਂ, ਆ ਕੁਛ ਦਿਨ ਹੀ ਹੋਏ ਨੇ, ਅੱਜ ਤੋਂ ਥੋੜ੍ਹੇ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਸਾਹਿਬ ਨਾਲ, ਉੱਥੇ ਗੱਲਾਂ ਜਿਹੜੀਆਂ ਆਪਾਂ ਫੇਸਬੁੱਕ 'ਤੇ ਵਟਸਐਪ 'ਤੇ ਵੇਹਨੇ ਹਾਂ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਲੈ ਵੀ ਸਾਡੀ ਜਿਹੜੀ ਆ ਭਗਵੰਤ ਮਾਨ ਸਾਹਿਬ ਦੇ ਨਾਲ ਮੀਟਿੰਗ ਹੋਈ ਆ, ਉਹਦੇ ਵਿੱਚ ਜੇ ਉਹਨਾਂ ਖਰਾਬੇ ਦੀ ਗੱਲ ਕੀਤੀ ਆ ਅਤੇ ਸਾਡੀਆਂ ਜਥੇਬੰਦੀਆਂ ਜਿੰਨੀਆਂ ਵੀ ਆ ਤਕਰੀਬਨ ਪੰਜਾਬ ਦੀਆਂ, ਉਹ ਤਾਂ ਖਰਾਬਾ 50,000 ਰੁਪਏ ਦੀ ਸਾਡੀ ਮੰਗ ਹੈ, ਪਰ ਭਗਵੰਤ ਮਾਨ ਸਾਹਿਬ ਦਾ ਵੇਖੋ ਜਵਾਬ ਕਿਹੋ ਜਿਹਾ ਹੈ। ਉਹਨੇ ਇਹ ਗੱਲ ਕੀਤੀ ਆ ਕਿ ਇਹ ਜਿਹੜਾ ਅਸੀਂ ਖਰਾਬਾ 16,000 ਰੁਪਇਆ ਦਿੰਦੇ ਹਾਂ, 16,000 ਤੋਂ ਵੱਧ ਜੇਕਰ ਸੈਂਟਰ ਸਰਕਾਰ ਸਾਡੇ 'ਤੇ ਸ਼ਰਤਾਂ ਜਿਹੜੀਆਂ ਉਹ ਥੋੜ੍ਹੀਆਂ ਘੱਟ ਕਰੇ ਤਾਂ ਅਸੀਂ 20,000 ਦੇ ਸਕਦੇ ਹਾਂ, ਘੱਟ ਕਰੇ। ਅੱਛਾ ਉਹ ਵੇਖੋ ਤੁਸੀਂ, ਜੇ ਤੁਹਾਨੂੰ ਇੰਨਾ ਪਤਾ ਸੀ ਵੀ ਸੈਂਟਰ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਚੱਲਣਾ ਹੈ ਅਤੇ ਫਿਰ ਤੁਸੀਂ 50,000 ਰੁਪਏ ਦੀਆਂ ਐਡੀਆਂ ਵੱਡੀਆਂ ਗੱਲਾਂ ਕਿਉਂ ਕੀਤੀਆਂ? ਤੁਸੀਂ ਤਾਂ ਕਹਿੰਦੇ ਸੀ ਵੀ ਅਸੀਂ ਦਿੱਲੀ ਦੇ ਵਿੱਚ ਜਾ ਕੇ ਵੇਖੋ ਅਸੀਂ 50,000 ਰੁਪਇਆ ਖਰਾਬਾ ਦਿੰਦੇ ਹਾਂ, ਗੰਦੌਰੀ ਬਾਅਦ ਚੁਣੇ ਹਾਂ, 20,000 ਰੁਪਇਆ ਦਿੰਦੇ ਹਾਂ, 20,000 ਰੁਪਇਆ ਅਸੀਂ ਉਹਨਾਂ ਨੇ ਦੱਸਿਆ ਸੀ 20,000 ਰੁਪਇਆ ਅਸੀਂ ਪਹਿਲੋਂ ਖਾਤਿਆਂ ਦੇ ਵਿੱਚ ਪਾ ਦਿੰਦੇ ਹਾਂ, 30,000 ਰੁਪਇਆ ਬਾਅਦ 'ਚ ਪਾਉਂਦੇ ਜਦੋਂ ਗੰਦੌਰੀ ਹੋ ਜਾਂਦੀ ਆ। ਇਹ ਸਾਰੇ ਦਾ ਸਾਰਾ ਝੂਠ ਦਾ ਪਲੰਦਾ ਹੈ, ਇਹ ਸਾਨੂੰ ਅਜੇ ਤੱਕ ਨਹੀਂ ਮਿਲਿਆ। ਸਾਨੂੰ ਅਸੀਂ ਕਿਵੇਂ ਗਿਣਾਂਗੇ ਵੀ ਅਸੀਂ ਦਿੱਲੀ ਮਾਡਲ ਬਣਾ ਲਿਆ ਪੰਜਾਬ ਨੂੰ? ਇਹ ਅਸੀਂ ਤਾਂ, ਸਾਨੂੰ ਤਾਂ 6,800 ਰੁਪਇਆ ਜਿਹੜਾ ਸੈਂਟਰ ਨੇ ਦਿੱਤਾ ਸਾਨੂੰ ਤਾਂ ਉਹਨੇ ਹੀ ਦਿੱਤਾ, ਪੰਜਾਬ ਸਰਕਾਰ ਨੇ ਤਾਂ ਹਾਲੇ ਤੱਕ ਸਾਡੇ ਤੱਕ ਦਵਾਨੀ ਨਹੀਂ ਘੱਲੀ। ਇਹ ਅਸੀਂ ਜਿਹੜਾ, ਫਿਰ ਦੂਜੀ ਗੱਲ ਉਹਨਾਂ ਨੇ ਕੀਤੀ ਵੀ ਜਿੱਥੇ ਜਿਹੜੇ ਇਲਾਕਿਆਂ ਦੇ ਵਿੱਚ ਜਿੱਥੇ ਰੇਤਾ ਪਈ ਹੋਈ ਆ ਤੁਹਾਡੇ ਸਾਹਮਣੇ ਹੀ ਹੁਣ ਰੇਤਾ ਆ, ਰੇਤਾ ਚੁੱਕਣ ਦਾ ਅਧਿਕਾਰ ਦਿੱਤਾ ਜਾਂਦਾ ਅਤੇ ਦਿੱਤਾ, ਵੇਖੋ ਕਿੱਡੀ ਹਾਸੋਹੀਣੀ ਗੱਲ ਆ। ਇਹਨੂੰ ਤੁਸੀਂ 5-7 ਦਿਨਾਂ ਦੇ ਵਿੱਚ ਸਾਨੂੰ ਦਿੰਦੇ ਅਲਟੀਮੇਟਮ ਵੀ 5-7 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹਨੂੰ ਰੇਤਾ ਨੂੰ ਜਿਹੜਾ ਨਾ ਪਾਸੇ ਕੱਢ ਸਕਦੇ ਹੋ, ਤੁਹਾਨੂੰ ਖੋਲਿਆ। ਦੱਸੋ ਤੁਸੀਂ ਸਿਆਣੇ ਹੋ, ਪੱਤਰਕਾਰ ਸਾਹਿਬਾਨ ਹੋ, ਤੁਸੀਂ ਸਾਰੀਆਂ ਗੱਲਾਂ ਜਾਣਦੇ ਹੋ, 5-7 ਦਿਨਾਂ ਦੇ ਵਿੱਚ ਤਾਂ ਇੱਕ ਬੰਦੇ ਤੋਂ ਤੇਲ ਦਾ ਪ੍ਰਬੰਧ ਨਹੀਂ ਹੁੰਦਾ, ਨਹੀਂ ਹੁੰਦਾ ਬਿਲਕੁਲ, ਟਰੈਕਟਰਾਂ ਦਾ ਪ੍ਰਬੰਧ ਨਹੀਂ ਹੁੰਦਾ। ਦੱਸੋ 5-7 ਦਿਨਾਂ ਦੇ ਵਿੱਚ ਅਸੀਂ ਆਪਦੀ ਰੇਤਾ ਨੂੰ ਬਾਹਰ ਕੱਢ ਕੇ ਜ਼ਮੀਨ ਬਣਾ ਕੇ ਅਸੀਂ ਫਸਲ ਉਸ 'ਤੇ ਬੀਜ ਸਕਦੇ ਹਾਂ? ਇਹ ਬਹੁਤ ਵੱਡੀ ਹਾਸੋਹੀਣੀ ਵਾਲੀ ਗੱਲ ਆ। ਸਾਨੂੰ ਉੱਥੋਂ ਜਥੇਬੰਦੀਆਂ ਸਾਡੀਆਂ ਨੂੰ ਤੋਰਨ ਦੀ ਖਾਤਰ ਇਹਨਾਂ ਨੇ ਝੂਠ ਦਾ ਪਲੰਦਾ ਬਣਾ ਕੇ ਉੱਥੋਂ ਕੱਢ ਦਿੱਤਾ ਹੈ, ਜਿਹੜਾ ਕਿ ਦੇਣ ਲੈਣ ਨੂੰ ਪੰਜਾਬ ਸਰਕਾਰ ਦੇ ਕੋਲ ਅੱਜ ਦੀ ਘੜੀ ਦੇ ਵਿੱਚ ਕੱਖ ਨਹੀਂ ਹੈਗਾ ਜੀ। ਭਾਈ ਸਾਹਿਬ ਜੀ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਇਸ ਇਲਾਕੇ ਦੀ, ਜਾਂ ਕਹਿ ਲਓ ਵੀ ਜਿਹੜਾ ਫਿਰੋਜ਼ਪੁਰ ਦਾ ਸਰਹੱਦੀ ਇਲਾਕਾ ਹੈਗਾ, ਉਹਦੇ ਵਿੱਚ ਉਹਦੇ ਵੱਡੇ ਪੱਧਰ 'ਤੇ ਜਿਹੜਾ ਬੰਨਾਂ ਦਾ ਨੁਕਸਾਨ ਹੋਇਆ, ਨਾਲ ਸੜਕਾਂ ਦਾ ਨੁਕਸਾਨ ਹੋਇਆ, ਪੁੜੀਆਂ ਦਾ ਨੁਕਸਾਨ ਹੋਇਆ ਹੜ੍ਹ, ਤੁਸੀਂ ਘਰਾਂ ਦੀ ਗੱਲ ਕਰਦੇ ਵੀ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਸਰਕਾਰ ਨੇ ਹਾਲੇ ਤੱਕ ਵੱਡੇ ਪਰਾਲੇ ਨਹੀਂ ਕੀਤੇ ਹੈਗੇ, ਲੇਕਿਨ ਸੜਕਾਂ ਦਾ ਬਹੁਤ ਬੁਰਾ ਹਾਲ ਹੈ, ਸੜਕਾਂ ਦੀ ਕੋਈ ਖਬਰਸਾਰ ਲਈ ਸਰਕਾਰ? ਬਿਲਕੁਲ ਜੀ ਬਿਲਕੁਲ, ਆ ਪਿਛਲੇ ਸਾਲ ਤੁਸੀਂ ਵੇਖਿਆ ਹੀ ਆ, ਤੁਹਾਨੂੰ ਸੜਕਾਂ ਵਿਖਾਈਆਂ ਸੀ, ਆਣ ਕੇ ਤੁਸੀਂ ਵੇਖੀਆਂ ਸੜਕਾਂ ਦੇ ਵਿਊ ਵੀ ਲਏ, ਸੜਕਾਂ ਸਾਡੀਆਂ ਟੁੱਟੀਆਂ ਹੋਈਆਂ ਸੀ ਜਦੋਂ ਪਾਣੀ ਲੈ ਗਿਆ। ਇਹਨਾਂ ਨੇ ਕੀ ਕੀਤਾ ਹੈ ਕਿ JCB ਲਿਆਣ ਕੇ ਜਿੱਥੋਂ ਸੜਕਾਂ ਟੁੱਟੀਆਂ ਹੋਈਆਂ ਸੀ ਉਹਨਾਂ ਨੂੰ ਹੋਰ ਤੋੜ ਦਿੱਤਾ, ਹੋਰ ਤੋੜ ਕੇ ਉਹਨਾਂ ਨੂੰ ਉੱਤੇ ਰੋੜੇ ਉਹਦੇ ਜਿਹੜੇ ਇਕੱਠੇ ਇਕੱਠੇ ਕਰਕੇ ਜਿਹੜੇ ਗੀਟੇ ਸੀ ਪਾ ਦਿੱਤੇ,
ਉਦੋਂ ਤੋਂ ਲੈ ਕੇ ਅੱਜ ਤੱਕ ਉਹਦੇ 'ਤੇ ਕੋਈ ਲੁੱਕ ਪਾਉਣ ਨਹੀਂ ਆਇਆ, ਕੋਈ ਬਜਰੀ ਪਾਉਣ ਨਹੀਂ ਆਇਆ। ਸਾਡਾ ਬੁਰਾ ਹਾਲ ਆ, ਸਾਡੇ ਪਿੰਡ ਦੇ ਲੋਕ ਜਿਹੜੇ ਆ ਅਸੀਂ ਟਰੈਕਟਰ ਟਰਾਲੀ ਲਿਜਾਂਦੇ ਹਾਂ, ਗਰੀਬ ਘਰਾਂ ਦੇ ਜਿਹੜੇ ਆ ਸਾਡੇ ਅਸੀਂ ਮੋਟਰਸਾਈਕਲ ਲੈ ਕੇ ਜਾਂਦੇ ਹਾਂ, ਸਾਡੇ ਪਤਾ ਨਹੀਂ ਕਿੰਨੇ ਕੁ ਟਾਇਰ ਹੀ ਇੱਥੇ ਪਾੜ ਗਿਆ, ਸਾਨੂੰ ਟਾਇਰ ਪਾਉਣ ਵਾਸਤੇ ਪੈਸਾ ਨਹੀਂ ਲੱਭਦਾ, ਅਸੀਂ ਬਹੁਤ ਔਖੇ ਹਾਂ। ਇਹ ਜਿਹੜੀ ਸੜਕ ਦੀ ਤੁਸੀਂ ਗੱਲ ਕੀਤੀ ਆ, ਸਰਕਾਰ ਨੇ ਹਾਲੇ ਤੱਕ ਸੜਕ ਦੀ ਕੋਈ ਸਾਰ ਨਹੀਂ ਲਈ। ਇਕੱਲੇ ਮੈਂ ਤਾਂ ਇਹ ਗਿਣੂੰਗਾ, ਤੁਸੀਂ ਇਹ ਅੰਦਾਜ਼ਾ ਲਾਓ ਵੀ ਇਕੱਲੇ ਸਾਡੇ ਦਰਿਆ ਏਰੀਏ ਦੀ ਨਹੀਂ, ਜੇ ਤੁਸੀਂ ਗੱਲ ਕਰੋ ਇਸ ਪਾਸੇ ਨੂੰ ਆਪਾਂ ਜਾਈਏ ਤੇ ਕਿੱਡੀ ਵੱਡੀ ਗੱਲ ਆ। ਇਹਨਾਂ ਤੋਂ ਸਾਡੇ ਜਿਹੜਾ ਇੱਥੇ ਜਿਵੇਂ ਅਕਾਲੀ ਸਰਕਾਰ ਦੇ ਟਾਈਮ ਦੇ ਵਿੱਚ ਚੰਨੀ ਸਾਹਿਬ ਨੂੰ ਸਵਾਲ ਕੀਤੇ ਸੀ ਬਾਦਲ ਸਾਹਿਬ ਹੋਣਾਂ ਨੇ, ਸ਼ਾਇਦ ਵਿਧਾਨ ਸਭਾ ਦੇ ਵਿੱਚ, ਸ਼ਾਇਦ ਮੈਨੂੰ ਯਾਦ ਨਹੀਂ ਕਦੋਂ, ਉੱਥੇ ਉਹਨਾਂ ਨੇ ਸਵਾਲ ਕੀਤਾ ਵੀ ਤੁਸੀਂ ਸਾਨੂੰ ਕੋਈ ਦੋ ਕੰਮ ਜਿਹੜੇ ਗਣਾ ਕੇ ਵਿਖਾਓ, ਉਪਲਬਧੀਆਂ ਗਣਾ ਦਿਓ, ਉਪਲਬਧੀਆਂ ਗਣਾਓ ਤੁਸੀਂ ਦੋ ਕੰਮ ਸਾਨੂੰ ਜਿਹੜਾ ਨਾ ਕਾਂਗਰਸ ਸਰਕਾਰ ਨੂੰ ਕਿਹਾ ਸੀ। ਹਾਲਾਂਕਿ ਉਹ ਵੇਖੋ ਤੁਸੀਂ, ਉਹਨਾਂ ਨੇ ਜਦੋਂ ਸਵਾਲ ਕੀਤਾ ਤੇ ਚੰਨੀ ਸਾਹਿਬ ਨੇ ਆਖਿਆ ਜੀ ਅਸੀਂ ਸੜਕਾਂ ਨੂੰ ਪਚ ਲਾਏ, ਮਤਲਬ ਇਹ ਗੱਲਾਂ ਹੋਈਆਂ, ਬੜੀ ਹਾਸੋਹੀਣੀ ਗੱਲ ਹੋਈ। ਪਰ ਇਹਨਾਂ ਨੇ ਤੇ ਹੱਦੋਂ ਵੱਧ ਗੱਲ ਕਰ ਦਿੱਤੀ ਆ, ਉਹਨਾਂ ਨੇ ਤੇ ਪਚ ਲਾ ਦਿੱਤੇ ਸੀ। ਇਹ ਸਰਕਾਰ ਤਾਂ ਸੜਕਾਂ ਨੂੰ ਪਚ ਲਾਉਣ ਦੇ ਕਾਬਿਲ ਨਹੀਂ ਹੈ, ਬਿਲਕੁਲ ਨਹੀਂ, ਅਜੇ ਤੱਕ ਸਾਡੀ ਕੋਈ ਸਾਰ ਨਹੀਂ ਲਈ। ਉਹਨਾਂ ਨੇ ਤੇ ਪਚ ਲਾਏ ਸੀ, ਇਹਨਾਂ ਤੋਂ ਤੇ ਪਚ ਵੀ ਨਹੀਂ ਲੱਗੇ। ਇਸ ਟਾਈਮ ਤੇ ਸਾਡੇ ਮੁਤਾਬਕ ਜਿਹੜੀ ਆ, ਅਸੀਂ ਜਿਹੜੇ ਡੁੱਬੇ ਹੋਏ ਲੋਕ ਆ ਜਾਂ ਸਾਰਾ ਪੰਜਾਬ ਕਹਿ ਲਓ, ਅਸੀਂ ਇਸ ਸਰਕਾਰ ਨੂੰ ਫੇਲ ਗਿਣਦੇ ਹਾਂ, ਕਿਉਂਕਿ ਸਾਡੀ ਸਰਕਾਰ ਨੇ ਹਾਲੇ ਤੱਕ ਸਾਰ ਨਹੀਂ ਲਈ। ਜਿਹੜੇ ਵੱਡੇ ਵੱਡੇ ਗੱਪ ਮਾਰਦਾ ਸੀ, ਵੱਡੇ ਵੱਡੇ ਝੂਠ ਦੇ ਪਲੰਦੇ ਬਣਾਉਂਦਾ ਸੀ, ਉਹ ਸਾਰਾ ਝੂਠ ਦਾ ਪਲੰਦਾ ਸਾਡੇ ਖਿਲਾਫ ਆ, ਸਾਡੇ ਪਬਲਿਕ ਦੇ ਖਿਲਾਫ ਆ, ਅਸੀਂ ਡੁੱਬੇ ਹੋਏ ਲੋਕ ਹਾਂ। ਆਸ ਸਾਨੂੰ ਬੜੀ ਸੀ ਪਰ ਇਹ ਪੂਰਾ ਨਹੀਂ ਲੱਥਿਆ। ਇੰਨੀਆਂ ਕੀ ਬੇਨਤੀਆਂ ਜੀ। ਭਾਈ ਸਾਹਿਬ ਜੇਕਰ ਤੁਸੀਂ ਬੜੀ ਵੱਡੀ ਗੱਲ ਕੀਤੀ, ਹਾਲਾਂਕਿ ਮੈਂ ਜਿਹੜੇ ਸਾਡੇ ਦਰਸ਼ਕ ਸੁਣ ਰਹੇ ਹੈਗੇ ਆ, ਇਹ ਸੱਚਾਈ ਹੈਗੀ ਕਿ ਪਿਛਲੀਆਂ ਸਰਕਾਰਾਂ ਨੂੰ ਇੱਕ ਤਿੰਨ ਕੰਮੀ ਸਰਕਾਰ ਹੈ, ਬੇਸ਼ੱਕ ਦੀ ਅਕਾਲੀ ਸਰਕਾਰ ਨੂੰ ਕਹਿੰਦੇ ਸੀ, ਕਾਂਗਰਸ ਸਰਕਾਰ ਨੂੰ ਕਹਿੰਦੇ ਸੀ, ਕਿਤੇ ਨਾ ਕਿਤੇ ਉੱਥੇ ਅਧਿਕਾਰ ਵੀ ਬਹੁਤਦੇ ਸੀਗੇ, ਉੱਥੇ MLA MP ਵੀ ਬਹੁਤਦੇ ਹੈਗੇ ਸੀਗੇ, ਲੇਕਿਨ ਮੇਰੇ ਖਿਆਲ ਦੇ ਵਿੱਚ ਵੀ ਇੱਥੇ ਜਿਹੜਾ ਅਧਿਕਾਰੀ ਵੀ ਨਹੀਂ ਬਹੁੜੇ, ਔਰ ਵੱਡੇ ਵੱਡੇ ਜਿਹੜੇ ਸਾਡੇ ਜਿਹੜੇ ਹੈਗੇ ਆ ਮਿਨਿਸਟਰ ਹੈਗੇ ਆ, ਉਹ ਵੀ ਮੇਰੇ ਖਿਆਲ 'ਚ ਉਹ ਸਿਰਫ ਕਾਗਜ਼ੀ ਪਲਵਾਨ ਹੀ ਹੈਗੇ। ਬਿਲਕੁਲ ਜੀ, ਬਿਲਕੁਲ ਸੱਚ ਆ। ਇਹ ਗੱਲਾਂ ਕਰਦੇ ਹੁੰਦੇ ਸੀ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਹੈ ਵੀ ਪਿਛਲੀਆਂ ਸਰਕਾਰਾਂ, ਮੈਂ ਨਹੀਂ ਕਹਿੰਦਾ ਵੀ ਅਕਾਲੀ ਆ ਜਾਂ ਕਾਂਗਰਸੀ ਆ, ਪਰ ਸਾਨੂੰ ਇਸ ਸਰਕਾਰ ਨਾਲੋਂ ਉਹ ਹਜ਼ਾਰ ਦਰਜਾ ਚੰਗੇ ਸੀ, ਬਿਲਕੁਲ ਚੰਗੀ ਸੀ, ਕਿਉਂਕਿ ਉਹ ਜਦੋਂ ਪਾਣੀ ਆਉਂਦਾ ਸੀ ਸਾਡੀ ਸਾਰ ਲੈਂਦੇ ਸੀ। ਇਹਨਾਂ ਨੇ ਕਿਸੇ ਅਧਿਕਾਰੀ ਨੇ ਆਣ ਕੇ ਸਾਡੀ ਸਾਰ ਨਹੀਂ ਲਈ, ਪ੍ਰਸ਼ਾਸਨ ਨੂੰ ਨਹੀਂ ਭੇਜਿਆ। ਜੇ ਵੇਖੋ ਤੁਸੀਂ, ਇੱਕ ਬੜੀ ਵੱਡੀ ਗੱਲ ਆ ਕਿ ਪਾਣੀ ਤਾਂ ਆਲੇ ਵਾਲੇ ਫੱਤੇ ਵਾਲੇ ਇੱਥੋਂ ਦਰਿਆ ਦੇ ਇਲਾਕਿਆਂ ਦੇ ਵਿੱਚ ਆਇਆ ਹੋਇਆ, ਪਰ ਇਹਨਾਂ ਦੇ ਅਧਿਕਾਰੀ ਪਤਾ ਮੱਲਾਂ ਵਾਲੇ ਜਾ ਕੇ ਪੈਂਦੇ ਸੀ, ਕਹਿੰਦੇ ਸੀ ਜੇ ਕਿਸੇ ਨੂੰ ਲੋੜ ਆ, ਜੇ ਦਵਾਈ ਦੀ ਲੋੜ ਆ ਤਾਂ ਉੱਥੇ ਆਣ ਕੇ ਤੁਸੀਂ ਦਵਾਈ ਲੈ ਸਕਦੇ ਹੋ। ਜੇ ਕੋਈ ਉੱਥੇ ਜਾਂਦਾ ਸੀ ਤਾਂ ਕਹਿੰਦੇ ਸੀ ਆ ਤੁਹਾਨੂੰ ਪਰਚੀ ਬਣਾ ਦਿੱਤੀ ਆ, ਤੁਸੀਂ ਹਫ਼ਤੇ ਬਾਅਦ ਆਇਓ, ਦੱਸੋ ਮਰਨ ਅਸੀਂ ਅੱਜ ਡੇ ਹਾਂ, ਹਫ਼ਤੇ ਬਾਅਦ ਗੋਲੀਆਂ ਨੂੰ ਅਸੀਂ ਕੀ ਕਰਨਾ ਜੀ। ਇਹ ਸਰਕਾਰ ਬਿਲਕੁਲ ਫੇਲ ਆ। ਮੈਂ ਫਿਰ ਦੁਬਾਰਾ ਕਹੂੰਗਾ, ਸਾਡੇ ਲੋਕਾਂ ਦੇ ਇਹ ਸਰਕਾਰ ਜਿਹੜੀ ਆ ਪੱਖ 'ਚ ਨਹੀਂ ਰਹੀ, ਖਰਾ ਨਹੀਂ ਉਤਰੀ, ਅਸੀਂ ਇਸ ਸਰਕਾਰ ਨੂੰ ਫੇਲ ਗਿਣਦੇ ਹਾਂ। ਇਹਨਾਂ ਨਾਲੋਂ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਲੱਖ ਗੁਣਾ ਚੰਗੀਆਂ ਸੀ। ਬਿਲਕੁਲ ਜੀ। ਸੋ ਭਾਈ ਸਾਹਿਬ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਭਾਈ ਸਾਹਿਬ ਜੀ, ਕੀ ਨਾਂ ਆਪਣਾ ਜੀ? ਅੱਗੇ ਆ ਜਾਓ ਮਾੜਾ ਜਿੱਥੇ। ਬਖਸ਼ੀਰ ਸਿੰਘ ਜੀ। ਪਿੰਡ ਕਿਹੜਾ ਬਾਈ ਜੀ? ਪਿੰਡ ਆਲੇ ਵਾਲਾ ਜੀ। ਅੱਜ ਤੁਹਾਡੇ ਇਲਾਕੇ ਦੇ ਵਿੱਚ ਅਸੀਂ ਇਹ ਗੱਲ ਦੀ ਪੁਸ਼ਟੀ ਕਰਨ ਆਏ ਹਾਂ, ਇਸ ਗੱਲ ਦਾ, ਕਿਉਂਕਿ ਇੱਕ ਆਮ ਤੌਰ 'ਤੇ ਸਾਡੇ 'ਤੇ ਇਲਜ਼ਾਮ ਲੱਗਦਾ ਮੀਡੀਆ ਦੇ ਉੱਤੇ ਕਿ ਤੁਸੀਂ ਜਿਹੜੀਆਂ ਗਲਤ ਖਬਰਾਂ ਪ੍ਰਕਾਸ਼ਿਤ ਕਰਦੇ ਹੋ ਆਪਦੇ ਹਵਾਲੇ ਦੇ ਨਾਲ, ਇੱਕ ਸਰਕਾਰ ਵਿਰੋਧੀ ਜਾਂ ਕਹਿ ਲਓ ਇੱਕ ਸਰਕਾਰ ਪੱਖੀ ਜਿਹੜੀਆਂ ਖਬਰਾਂ ਚਲਾਉਂਦੇ ਆ, ਆਮ ਤੌਰ 'ਤੇ ਸਾਨੂੰ ਕੁਝ ਮੀਡੀਆ ਕਰਮੀ ਵੀ ਕਹਿ ਦਿੰਦੇ ਵੀ ਤੁਸੀਂ ਜਿਹੜੀਆਂ ਦਰਿਆ ਦੇ ਇਲਾਕੇ ਦੀਆਂ ਗਲਤ ਰਿਪੋਰਟਾਂ ਪੇਸ਼ ਕਰਦੇ ਹੋ, ਤੁਸੀਂ ਲੋਕਾਂ ਨੂੰ ਡਰਾਉਂਦੇ ਹੈਗੇ ਹੋ ਵੀ ਇੰਜ ਨਹੀਂ ਹੈਗਾ ਜਾਂ ਇੰਜ, ਜਾਂ ਦਰਿਆ ਦੇ ਇਲਾਕੇ 'ਚ ਦਰਿਆ 'ਚੋਂ ਇੰਨਾ ਪਾਣੀ ਹੈਗਾ। ਨਹੀਂ ਜੀ ਨਹੀਂ, ਤੁਹਾਡੇ ਸਾਹਮਣੇ ਹੀ ਸਾਰਾ ਕੁਛ। ਤੁਹਾਡੇ ਕੈਮਰਾਮੈਨ ਨੂੰ ਕੋਈ ਦਿਖਾਵੇ ਪਾਣੀ ਅਜੇ ਖੜਾ, ਪਾਣੀ ਉਡਾ ਕੇ ਮੁੜਿਆ, ਕੌਣ ਇਹਨੂੰ ਗਲਤ ਆਖੂਗਾ? ਅਸੀਂ ਤਾਂ ਜਿੱਦਾਂ ਪਾਣੀ ਆਇਆ ਉੱਧਰ ਵੀ ਇੱਥੇ ਰੇਡਾ ਪਾਣੀ ਇੱਥੇ ਚੱਲਦਾ ਸੀ।
ਦੂਜੀ ਗੱਲ ਰਹੀ ਆ ਜਿਹੜੀ ਆ ਖਰਾਬਿਆਂ ਦੀ, ਖਰਾਬੇ ਵੀ ਸਾਡੇ ਜਿਹੜੇ 600 ਆਇਆ ਨਾ ਸਰਕਾਰ ਵੱਲੋਂ, ਉਹ ਵੀ 25% ਲੋਕਾਂ ਨੂੰ ਅਜੇ ਨਹੀਂ ਮਿਲਿਆ, 75% ਮਿਲਿਆ। ਠੀਕ ਹੈ ਜੀ। ਦੂਜੀ ਗੱਲ ਜਿਹੜੇ ਆ ਸਿਲਟ ਦੇ ਪੈਸੇ ਸਰਕਾਰ ਨੇ, ਸੈਂਟਰ ਸਰਕਾਰ ਨੇ ਪਾਏ ਆ, ਰੇਤਾ ਵੀ ਪਈ ਲੋਕਾਂ ਦੇ, ਮਿੱਟੀ ਪਈ, ਰੇਤਾ ਕਿਰਾਏ ਲਾਉਣੇ ਪੈ ਗਏ ਜਾਣੀ ਜ਼ਿਮੀਦਾਰ ਨੂੰ, ਉਹਦੇ ਵਾਹਵਾ 4 ਰੁਪਈਏ ਆਇਆ, ਚੱਲ ਪੂਰਾ ਤਾਂ ਨਹੀਂ ਮੈਨੂੰ ਪਤਾ, ਉਹਦੇ 1 ਰੁਪਈਆ ਨਹੀਂ ਕਿਸੇ ਨੂੰ ਮਿਲਿਆ। ਮੈਂ ਖੁਦ ਲਾਈ 3 ਕਿੱਲਿਆਂ 'ਚ ਪੱਧਰ ਕੀਤੀ ਪਹਿਲੀ, ਅਤੇ 1 ਰੁਪਈਆ ਨਹੀਂ, ਪੱਲਿਓ ਹੀ 15-20 ਹਜ਼ਾਰ ਰੁਪਈਆ ਲਾ ਕੇ ਉਹਨੂੰ ਪੱਧਰ ਕੀਤਾ, ਕੋਈ ਕਿਸੇ ਨੇ ਪੈਸਾ ਨਹੀਂ ਦਿੱਤਾ। ਧੰਨਵਾਦ ਬਾਈ ਜੀ। ਆਪਾਂ ਹੋਰ ਵੀ ਇੱਥੇ ਗੱਲਬਾਤ ਕਰਦੇ ਹਾਂ ਬਾਪੂ ਜੀ ਨਾਲ, ਗੱਲਬਾਤ ਥੋੜ੍ਹੀ ਜ਼ਰੂਰ ਕਰਾਂਗੇ। ਬਾਪੂ ਜੀ ਨਾਂ ਕੀ ਆਪਣਾ ਜੀ? ਅਵਤਾਰ ਸਿੰਘ ਜੀ। ਅਵਤਾਰ ਸਿੰਘ ਕਿਹੜਾ ਪਿੰਡ ਬਾਪੂ ਜੀ? ਆਲੇ ਜੀ, ਆਲੇ ਵਾਲਾ ਹੀ ਪਿੰਡ ਜੀ। ਹਾਂਜੀ ਬਾਪੂ ਜੀ, ਅੱਜ ਇੱਥੇ ਗੱਲ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਲਗਾਤਾਰ ਇਸ ਇਲਾਕੇ 'ਚ ਪਾਣੀ ਆਉਂਦੇ ਰਹਿੰਦੇ ਲਗਾਤਾਰ, ਅਤੇ ਅੱਜ ਵੀ ਇੱਥੇ ਆਏ ਹਾਂ ਅਸੀਂ ਦਰਿਆ ਦੇ ਵਿੱਚ ਹੀ ਖੜ੍ਹੇ ਹਾਂ, ਲਗਭਗ ਦਰਿਆਈ ਜਿਹੜੀਆਂ ਜ਼ਮੀਨਾਂ ਹੈਗੀਆਂ, ਬੇਸ਼ਕ ਮਾਲਕੀ ਜ਼ਮੀਨਾਂ ਹੈਗੀਆਂ ਜਾਂ ਜਿਹੜੇ ਇੱਥੇ ਵੱਡੇ ਪੱਧਰ ਦੇ ਕਿਸਾਨ ਜਿਹੜੇ ਆਪਣੀ ਖੇਤੀ ਕਰਦੇ ਹੈਗੇ, ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਵੇਖਦੇ ਹੋ? ਸਰਕਾਰ ਨੇ ਕੁਝ ਕੀਤਾ ਕਿ ਨਹੀਂ ਕੀਤਾ? ਸਰਦਾਰ ਕੱਖ ਨੇ ਕਿਸਾ, ਇੱਕ ਮਾੜਾ ਮਾੜਾ ਡੋਬਾ ਹੈ ਉਹਨਾਂ ਨੇ ਕਿਸਾ, ਪਰ ਪਿਛਲੇ ਡੋਬੇ 'ਚ ਕੁਛ ਬਚਿਆ ਹੀ ਨਹੀਂ ਕਿਸੇ ਦਾ, ਨਾ ਗਰੀਬ ਦਾ ਨਾ ਅਮੀਰ ਦਾ, ਆ ਕੇ ਸਾਰੇ ਨਹੀਂ ਲਈ ਵੀ ਇਹਨਾਂ ਦਾ ਕੋਈ ਵਿਗੜਿਆ ਕਿ ਨਹੀਂ ਵਿਗੜਿਆ, ਕੋਠੇ ਲੋਕਾਂ ਦੇ ਕਈਆਂ ਦੇ ਅਜੇ ਵੀ ਟੱਠੇ ਪਏ ਨੇ। ਹਾਂਜੀ 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 ਠੀਕ ਹੈ ਜੀ। ਹਾਂਜੀ ਅਸੀਂ ਅੱਗੇ ਤੱਕਦੇ ਵੱਡੀਆਂ ਵੱਡੀਆਂ ਮੰਗਾਂ ਮੰਗਦੇ ਸਾਂ ਵੀ ਇਹ ਨਵੀਂ ਸਰਕਾਰ ਆ ਵੀ ਫਰਕ ਕੀ ਕਰ ਦੇਗੀ, ਬਾਕੀ ਇਹਨਾਂ ਸਾਰਾ ਕੁਝ ਪੋਚਾ ਫੇਰ ਕੇ ਰੱਖ ਦਿੱਤਾ। ਇਹ ਬਾਪੂ ਜੀ ਉਮਰ ਕਿੰਨੀ ਹੋ ਗਈ ਤੁਹਾਡੀ? ਉਮਰ ਹੋ ਗਈ ਜੀ 85-86। ਜਿਹੜਾ ਪਿਛਲਾ ਪਾਣੀ ਆਇਆ ਤੁਸੀਂ ਪਿਛਲੇ ਪਾਣੀ ਵੀ ਆਉਂਦੇ ਰਹੇ ਹੋਣਗੇ, 85 ਸਾਲ ਤੁਹਾਡੀ ਉਮਰ ਹੋ ਗਈ ਹੈ, ਅਤੇ ਹੁਣ ਦੀਆਂ ਸਰਕਾਰਾਂ ਦੀਆਂ ਪਹਿਲੀਆਂ ਸਰਕਾਰਾਂ ਫਰਕ ਤੁਸੀਂ ਕੀ ਵੇਖਦੇ ਹੋ? ਜੀ ਪਿਛਲੀਆਂ ਸਰਕਾਰਾਂ ਜਦੋਂ ਅਸੀਂ ਤੁਹਾਨੂੰ ਸਾਰੀਆਂ ਕਾਂਗਰਸ ਵੀ ਚੰਗੀ ਸੀ, ਅਕਾਲੀ ਵੀ ਚੰਗੇ ਸੀ, ਇਹਨਾਂ ਸਾਡੇ ਬਿਲਕੁਲ ਆ ਕੇ ਬਾਹਰ ਹੀ ਨਹੀਂ ਪੁੱਛੀ ਵੀ ਪਾਣੀ ਆਇਆ, ਚੌਖੇ ਸੈਕੇ ਸੌਖੇ ਜੇ ਗਰੇ ਭੁੱਖੇ ਬੈਠੇ ਰਹੇ ਨੇ, ਪਾਣੀ ਲੰਘਣ ਵੇਖੋ ਤੁਹਾਡੇ ਕੋਲ ਸੜਕਾਂ ਕਿਹੋ ਨੇ, ਬਿਲਕੁਲ ਜੀ, ਅਤੇ ਕੋਈ ਸਾਰ ਨਹੀਂ ਜੀ ਸਾਡੇ ਵਾਸਤੇ। ਠੀਕ ਹੈ ਬਾਪੂ ਜੀ। ਭਾਈ ਸਾਹਿਬ ਜੀ ਇੱਕ ਮੈਨੂੰ ਗੱਲ ਯਾਦ ਆ ਗਈ, ਭਗਵੰਤ ਮਾਨ ਅਕਸਰ ਕਹਿੰਦੇ ਹੁੰਦੇ ਸੀ ਵੀ ਜਿਹੜੇ ਤਹਿਸੀਲਦਾਰ ਹੈਗੇ ਆ, ਪਟਵਾਰੀ ਹੈਗੇ ਆ, ਪਿੰਡਾਂ ਦੀਆਂ ਬੋੜਾਂ ਪਿੰਡਾਂ ਦੇ ਬੋੜਾਂ ਥੱਲੇ ਸੱਥਾਂ ਦੇ ਵਿੱਚ ਬੈਠ ਕੇ ਜਿਹੜਾ ਉਹ ਲੋਕਾਂ ਦੀ ਹਫ਼ਤੇ ਪਿੱਛੋਂ ਜਾਂ ਮਹੀਨੇ ਪਿੱਛੋਂ ਆਉਣ ਕਰਨਗੇ, DC ਜਿਹੜੇ ਹੈਗੇ ਆ ਸਾਡੇ ਅਫਸਰ ਹੈਗੇ ਆ, ਉਹ ਪਿੰਡਾਂ ਦੀ ਸੱਥਾਂ 'ਚ ਬਹਿ ਕੇ ਗੱਲਬਾਤ ਕਰਿਆ ਕਰਨਗੇ, ਤੁਹਾਨੂੰ ਹੁਣ ਦਫ਼ਤਰਾਂ 'ਚ ਆਉਣ ਦੀ ਲੋੜ ਨਹੀਂ ਹੈਗੀ। ਉਹ ਮੈਨੂੰ ਬਾਈ ਦੇ ਗੱਲ ਯਾਦ ਆ ਗਈ, ਇਹਨੂੰ ਕਿਸੇ ਤੁਸੀਂ ਦੇਖਦੇ ਹੋ ਫਿਰ ਆਪਾਂ, ਕਿਉਂਕਿ 2 ਸਾਲ ਹੋ ਗਏ ਸਰਕਾਰ ਨੂੰ? ਵੇਖੋ 2 ਸਾਲ ਸਰਕਾਰ ਨੂੰ ਹੋ ਗਿਆ, ਫਿਰ ਉਹੀ ਗੱਲ ਆਉਂਦੀ ਆ ਕਿ ਝੂਠ ਦਾ ਪਲੰਦਾ, ਇਹ ਜਿਹੜਾ ਮੁੱਖ ਮੰਤਰੀ ਬਣਿਆ ਹੈ ਨਾ, ਇਹਨੂੰ ਝੂਠ ਦਾ ਬਹੁਤ ਜ਼ਿਆਦਾ ਤਜਰਬਾ, ਅਤੇ ਜਿੰਨੇ ਇਹਨਾਂ ਨੇ ਪੋਸਟਰ ਛਪਾਉਣ 'ਤੇ, ਵੱਡੇ ਵੱਡੇ ਬੋਰਡ ਲਾਉਣ 'ਤੇ, ਆਪਦੀਆਂ ਮਸ਼ਹੂਰੀਆਂ ਕਰਨ 'ਤੇ ਪੈਸੇ ਲਾ ਦਿੱਤੇ ਆ ਨਾ, ਇਹ ਜਿੱਡੀਆਂ ਵੱਡੀਆਂ ਗੱਲਾਂ ਕਰਦੇ ਆ ਵੀ ਸੱਥਾਂ ਦੇ ਵਿੱਚ ਆ ਕੇ ਬੋੜਾਂ ਥੱਲੇ ਬਹਿ ਕੇ ਤਹਿਸੀਲਦਾਰ ਤੁਹਾਨੂੰ ਘਰੋਂ ਇੱਥੋਂ ਜਾਣ ਦੀ ਲੋੜ ਨਾ ਪਊ, ਤਹਿਸੀਲਦਾਰ ਤੁਹਾਨੂੰ ਪੁੱਛਣ ਆਉਣਗੇ, ਅਜੇ ਤੱਕ 2 ਸਾਲ ਹੋ ਗਿਆ, ਕਿਤੇ ਇੱਕ ਥਾਂ ਤੇ ਵੀ ਗਿਆ ਤਹਿਸੀਲਦਾਰ, ਕਿਤੇ ਪਟਵਾਰੀ, ਕਿਤੇ ਪੂਰੇ ਪੰਜਾਬ ਦੇ ਵਿੱਚ, ਅਸੀਂ ਨਹੀਂ ਕਹਿੰਦੇ ਵੀ ਲੱਭਿਆ ਅਸੀਂ ਡੁੱਬੇ ਹੋਏ ਆ, ਸਾਡੇ ਕੋਲੇ ਪੂਰੇ ਪੰਜਾਬ ਦੇ ਵਿੱਚ ਕਿਤੇ ਇੱਕ ਵੀ ਥਾਂ ਇਹ ਜਿਹੜਾ ਆ ਵਿਖਾ ਦੇਵੇ ਵੀ ਸਾਡਾ ਤਹਿਸੀਲਦਾਰ ਸਾਹਿਬ ਜਾਂ DC ਸਾਹਿਬ ਜਾਂ SDM ਸਾਹਿਬ ਐਸ ਬੋਰਡ ਥੱਲੇ ਬਹਿ ਕੇ, ਜਿਹੜੀਆਂ ਇਹਨੇ ਗੱਲਾਂ ਕੀਤੀਆਂ ਸੀ ਵੀ ਬੋਰਡ ਥੱਲੇ ਬਹਿ ਕੇ ਸਾਰੇ ਕੰਮ ਹੋਣਗੇ, ਇੱਕ ਬੋਰਡ ਦੀ ਨਿਸ਼ਾਨੀ ਸਾਨੂੰ ਵਿਖਾ ਦੇਵੇ, ਅਸੀਂ ਮੰਨ ਜਾਵਾਂਗੇ, ਸਰਕਾਰ ਨੂੰ ਪਾਸ ਗਿਣ ਲਵਾਂਗੇ, ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ। ਇੰਨੀਆਂ ਕੀ ਬੇਨਤੀਆਂ ਮੈਂ ਕਰਦਾ ਆ ਖਿਮਾਂ ਦਾ ਜਾ ਚੁੱਕਿਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਆਪਾਂ ਅੱਜ ਦਰਿਆਈ ਇਲਾਕੇ ਦੀ ਰਿਪੋਰਟ ਲਈ ਹੈਗੀ ਹੈ। ਸਾਡਾ ਮਕਸਦ ਇਹ ਸੀਗਾ, ਜਿਹੜੀਆਂ ਅਫਵਾਹਾਂ ਲਗਾਤਾਰ ਫੈਲ ਰਹੀਆਂ ਸੀ ਸਰਕਾਰ ਪੱਖੀ ਜਾਂ ਵਿਰੋਧ 'ਚ ਜਾਂ ਮੀਡੀਆ ਕਰਮੀ ਜਿਹੜੇ ਕੁਝ ਗੱਲਾਂ ਕਰਦੇ ਸੀ ਕਿ
ਸ਼ਾਇਦ ਇਸ ਇਲਾਕੇ ਦਾ ਨੁਕਸਾਨ ਨਹੀਂ ਹੋਇਆ ਉਦੋਂ ਨਹੀਂ ਹੋਇਆ। ਜੇਕਰ ਹੋ ਗਿਆ ਤਾਂ ਸਰਕਾਰ ਨੇ ਜਿਹੜੇ ਸਰਕਾਰ ਪੱਖੀ ਸੀ ਉਹਨਾਂ ਨੇ ਵੱਡੀਆਂ ਵੱਡੀਆਂ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਚੈਨਲਾਂ ਦੇ ਵਿੱਚ ਦਾਅਵੇ ਕੀਤੇ ਸੀ ਅਸੀਂ ਵੀ ਲੋਕਾਂ ਵਾਸਤੇ ਬਹੁਤ ਕੁਝ ਕੀਤਾ। ਉਹ ਸਾਰੀ ਰਿਪੋਰਟ ਤੁਹਾਡੇ ਸਾਹਮਣੇ ਅਸੀਂ ਰੱਖਤੀ ਹੈ, ਇਲਾਕੇ ਦੀ ਰਿਪੋਰਟ ਕਹਿ ਸਕਦੇ ਹਾਂ, ਪਿੰਡ ਆਲੇ ਵਾਲਾ, ਫਤੇ ਵਾਲਾ ਜਾਂ ਇਹ, ਕਿਉਂਕਿ ਜਿਹੜੇ ਵੀਰ ਨੇ ਹੈਗੇ ਆ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਹੈਗੇ ਆ, ਔਰ ਪੂਰਾ ਜਿਹੜਾ ਇਹ ਇਲਾਕਾ ਇਹਨਾਂ ਕੋਲ ਇਹਨਾਂ ਦੇ ਜਾਣਦੇ ਪਹਿਚਾਣ ਦੇ ਵਿੱਚ ਹੁੰਦਾ, ਪੂਰਾ ਇਹ ਗੱਲ ਇਸ ਜਾਣਦੇ ਹੈਗੇ ਕਿ ਨੇੜੇ ਇਲਾਕਿਆਂ ਦੇ ਵਿੱਚ ਕੀ ਹੋਇਆ ਹੈਗਾ। ਉਹ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਅਸੀਂ ਰੱਖੀ ਹੈਗੀ। ਨਿਰਣਾ ਤੁਸੀਂ ਕਰਨਾ ਹੈਗਾ ਜਿਹੜਾ ਪਿੱਛੇ ਨੁਕਸਾਨ ਹੋਇਆ, ਨੁਕਸਾਨ ਦੀ ਭਰਪਾਈ ਕਿੰਨੀ ਹੋਈ ਜ਼ਰੂਰ ਤੁਸੀਂ ਕਮੈਂਟ ਵੀ ਕਰਨਾ। ਔਰ ਜਿਹੜਾ ਸੜਕਾਂ ਦਾ ਬੁਰਾ ਹਾਲ ਹੈਗਾ ਹੁਣ ਵੀ ਇਸ ਇਲਾਕੇ ਦੇ ਵਿੱਚ ਵੀ ਜਾ ਕਹਿ ਸਕਦੇ ਹਾਂ ਜਿਹੜਾ, ਕਿਉਂਕਿ ਇੱਕ ਵਾਰੀ ਜਿਹੜਾ ਦਰਿਆ ਫਿਰ ਭਰਿਆ ਸੀ ਦੁਬਾਰਾ ਕੁਝ ਦਿਨ ਪਹਿਲਾਂ, ਉਹ ਸਾਰੀ ਰਿਪੋਰਟ ਰੱਖੀ ਹੈਗੀ। ਨਿਰਣਾ ਤੁਸੀਂ ਕਰਨਾ ਹੈਗਾ ਇਹ ਸਰਕਾਰ ਨੇ ਕੀ ਕੀਤਾ ਹੈਗਾ, ਔਰ ਇਸ ਮੀਡੀਆ ਦੀ ਰਿਪੋਰਟਾਂ ਕੀ ਹੈਗੀਆਂ, ਇਸ ਜ਼ਰੂਰ ਇੱਥੇ ਕਮੈਂਟ ਜ਼ਰੂਰ ਆਪਣੇ ਦੇਣਾ, ਸੁਝਾਅ ਵੀ ਦੇਣਾ। ਔਰ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ, ਉਸਨੂੰ ਵੱਧ ਵੱਧ ਸਬਸਕ੍ਰਾਈਬ, ਸ਼ੇਅਰ, ਲਾਈਕ ਜ਼ਰੂਰ ਕਰਨਾ। ਮੈਂ ਤੁਹਾਡਾ ਆਪਣਾ ਦੋਸਤ ਹਰਨੇਕ ਸਿੰਘ ਭੁੱਲਰ, ਕੈਮਰੇ 'ਤੇ ਰਾਜਵੀਰ ਸਿੰਘ ਚੂਰਾ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।